वेलकम गाइस ऑन माय यूट्यूब चैनल एंड यू आर वाचिंग माय चैनल आयल्स विद सोफिया आज मैं ਤੁਹਾਨੂੰ ਦੱਸਣ ਲੱਗੀ ਹਾਂ ਜਿਹੜੀ 25 ਨਵੰਬਰ 2023 ਐਗਜ਼ਾਮ ਨੂੰ ਰੀਡਿੰਗ ਆਈ ਸੀ ਸੈਟਰਡੇ ਨੂੰ ਉਹ ਆਈ ਸੀ ਕੈਂਬ੍ਰਿਜ 9 ਟੈਸਟ 1 ਕੈਂਬ੍ਰਿਜ ਬੁੱਕ 9 ਹਾਂਜੀ ਮੇਰੀ ਕਲਾਸ ਦੇ ਵਿੱਚ ਹੋਈ ਹੋਈ ਇਹ ਵਾਲੀ ਰੇਟਿੰਗ ਕੈਂਬਰਿਜ ਬੁੱਕ 9 ਟੈਸਟ 1 ਇਹਦਾ ਸੈਕਿੰਡ ਪੈਸੇਜ ਆਇਆ ਸੀ ਪੇਪਰ ਦੇ ਵਿੱਚ 25 ਨਵੰਬਰ 2023 ਤੁਸੀਂ ਚੈੱਕ ਕਰ ਸਕਦੇ ਹੋ ਪੈਸੇਜ ਦਾ ਨੇਮ ਇਜ਼ देयर 애니ਬਾਡੀ ਆਊਟ देयर ਦ ਸਰਚ ਫੋਰ ਐਕਸਟਰਾ ਟੈਰੈਸਟਰਲ ਇੰਟੈਲੀਜੈਂਸ ਤੁਹਾਨੂੰ ਦੇਖੋ ਇਹ ਵਾਲੀ ਰੀਡਿੰਗ ਮੈਂ ਕਰਵਾਈ ਹੋਈ ਹੈ ਮੇਰੇ ਸਾਰੇ ਆਨਸਰਸ ਮਾਰਕ ਵੀ ਕੀਤੇ ਹੋਏ ਆ ਤੁਹਾਡਾ ਪੇਪਰ ਕਿਸ ਤਰ੍ਹਾਂ ਦਾ ਹੋਇਆ 25 ਨਵੰਬਰ 2023 ਨੂੰ ਤੁਸੀਂ ਮੈਨੂੰ ਕਮੈਂਟ ਬੋਟਸ ਤੇ ਵਿੱਚ ਜਰੂਰ ਦੱਸਿਓ ਐਂਡ ਵਨ ਮੋਰ ਥਿੰਗ ਤੁਸੀਂ ਮੈਨੂੰ ਇਹ ਵੀ ਗੱਲ ਦੱਸਣਾ ਕਿ ਤੁਸੀਂ ਇਹ ਰੀਡਿੰਗ ਕਲਾਸ ਦੇ ਵਿੱਚ ਆਪਣੇ ਆਨਲਾਈਨ ਇਹ ਆਫਲਾਈਨ ਇਹ ਵਾਲੀ ਸੌਲਵ ਕੀਤੀ ਹੋਈ ਸੀ ਮੈਂ ਕਲਾਸ ਦੇ ਵਿੱਚ ਕਰਵਾਈ ਹੋਈ ਸੀ ਸਾਰੇ ਮੇਰੀ ਰੀਡਿੰਗ ਇਹ ਹੋਈ ਹੋਈ ਸੀ ਕਲਾਸ ਦੇ ਵਿੱਚ ਸਾਰੇ ਆਨਸਰ ਮਾਰਕ ਕੀਤੇ ਹੋਏ ਆ ਸੋ ਜਿਨ੍ਹਾਂ ਨੇ ਤਾਂ ਇਹ ਰੀਡਿੰਗ ਕੀਤੀ ਉਹਨਾਂ ਦੇ ਲਈ ਤਾਂ ਫਿਰ 13 ਦੇ 13 ਕੁਐਸਚਨ ਬਿਲਕੁਲ ਸਹੀ ਹੋਏ ਹੋਣਗੇ 13 ਆਊਟ ਆਫ 13 ਤੁਹਾਡਾ ਪੇਪਰ ਕਿਸ ਤਰ੍ਹਾਂ ਦਾ ਹੋਇਆ ਰਿਵਿਊ ਮੈਨੂੰ ਕਮੈਂਟ ਬੋਥ ਸਟੇ ਵਿੱਚ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਨਵੇਂ ਹੋ ਮੇਰੇ ਚੈਨਲ ਤੇ ਸ਼ੇਅਰ ਕਰ ਦਿਓ ਬਹੁਤ ਸਾਰੇ ਫਰੈਂਡਸ ਨਾਲ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਵਾਰ ਦੀ ਰੀਡਿੰਗ ਦਾ ਇੱਕ ਪੈਸੇਜ ਕੈਂਬਰਿਜ ਬੁੱਕ 9 ਚੋਂ ਆਇਆ ਸੀ ਗੋਡ ਬlesਸ ਯੂ ਮੋਰ ਸਬਸਕ੍ਰਾਈਬ ਦੀ ਚੈਨਲ ਐਂਡ ਸ਼ੇਅਰ ਦੀ ਚੈਨਲ ਆਇਲ ਸਵਿਚ ਸੋਫੀਆ